ਮੋਹਾਲੀ ਜ਼ਿਲ੍ਹੇ ਦੀ ਪੁਲਿਸ ਵੱਲੋਂ ਇੱਕ ਵੱਡੀ ਕਾਮਯਾਬੀ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਹਾਸਲ ਹੋਈ ਹੈ ਕਿ ਦੋ ਨਸ਼ਾ ਤਸਕਰਾਂ ਨੂੰ ਜਿਹੜੇ ਕਿਤੇ ਨਾ ਕਿਤੇ ਅੰਤਰਰਾਸ਼ਟਰੀ ਜਿਹੜਾ ਡਰੱਗ ਪੈਟਲਰ ਨੇ ਉਹਨਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਇੱਕ ਵੱਖਰੀ ਤਕਨੀਕ ਦੇ ਨਾਲ ਨਸ਼ਾ ਤਸਕਰੀ ਕੀਤੀ ਜਾ ਰਹੀ ਸੀ। ਦੋ ਜੈਕਟਾਂ ਜਿਹੜਾ ਕਿ ਜੈਕਟਾਂ ਦੇ ਵਿੱਚ ਜਿਹੜਾ ਨਸ਼ਾ ਲਿਜਾਇਆ ਜਾ ਰਿਹਾ ਸੀ। ਤਿੰਨ ਜੈਕਟਾਂ ਜਿਹੜੀਆਂ ਨੇ ਇਹਨੂੰ ਬਰਾਮਦ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜੀਆਂ ਫਲੱਪੀ ਜੈਕਟਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਫਲੱਪੀ ਜਿਹੜੀ ਰੂਹ ਹੁੰਦੀ ਉਹਦੀ ਜਗ੍ਹਾ 'ਤੇ ਨਸ਼ਾ ਜਿਹੜਾ ਕਿ ਹੀਰੋਇਨ ਦੀ ਸਮਗਲਿੰਗ ਕੀਤੀ ਜਾ ਰਹੀ ਸੀ। ਤਕਰੀਬਨ 1.5 ਕਿਲੋ ਸਮਗਲਿੰਗ ਜਿਹੜੀ ਕਿ ਆ ਜਿਹੜਾ ਨਸ਼ਾ ਆ ਤਸਕਰੀ ਦੌਰਾਨ ਇਹਨਾਂ ਨੂੰ ਮਿਲਿਆ। ਇਹ ਦੋਵੇਂ ਆਰੋਪੀ ਜਿਹੜਾ ਇਸ ਵਕਤ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ, ਇੱਕ ਦਾ ਨਾਮ ਸੁਖਦੀਪ ਹੈ, ਇੱਕ ਦਾ ਨਾਮ ਕ੍ਰਿਸ਼ਨ ਹੈ। ਹਾਲਾਂਕਿ ਇਹਨਾਂ ਦਾ ਜਿਹੜਾ ਬੈਕਗ੍ਰਾਊਂਡ ਵੀ ਦੱਸਿਆ ਜਾ ਰਿਹਾ ਉਹ ਜਿਹੜਾ ਕਿ ਹੈ ਉਹ ਸਿੱਧੇ ਤੌਰ 'ਤੇ ਕਹਿ ਦਈਏ ਕਿ ਅਪਰਾਧਿਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਆ। ਬੈਕਗ੍ਰਾਊਂਡ ਜਿਹੜਾ ਕੀ ਆ ਕਿਡਨੈਪਿੰਗ ਦੇ ਨਾਲ ਜੁੜਿਆ ਹੋਇਆ। ਇਸ ਤੋਂ ਇਲਾਵਾ ਹੋਰ 10 ਮਾਮਲੇ ਜਿਹੜੇ ਦੱਸੇ ਜਾ ਰਹੇ ਨੇ ਕਿ ਦਰਜ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੁਲਿਸ ਨੇ ਜਿਹੜੇ ਮੋਹਾਲੀ ਪੁਲਿਸ ਲਾਲੜੂ ਪੁਲਿਸ ਹੈ ਚਾਹੇ ਜਿਹੜੀ ਬਾਕੀ ਮੋਹਾਲੀ ਪੁਲਿਸ ਹੈ ਉਹ ਉਹਨਾਂ ਦੀ ਇੱਕ ਵੱਡੀ ਕਾਮਯਾਬੀ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿ ਇਸ ਪੁਲਿਸ ਨੇ ਕਿ ਨਸ਼ਾ ਤਸਕਰੀ ਦੇ ਇੱਕ ਜਿਹੜਾ ਕਿ ਹੈ ਇੱਕ ਵੱਡੀ ਕਾਮਯਾਬੀ ਜਿਹੜੀ ਕਿ ਹੈ ਪ੍ਰਾਪਤ ਹੋਈ ਆ। ਹਾਲਾਂਕਿ ਜੇਕਰ ਅਸੀਂ ਇਸ ਪੂਰੇ ਨੈਕਸਸ ਦੀ ਗੱਲ ਕਰੀਏ ਤਾਂ ਅਫਗਾਨ ਦੇ ਇੱਕ ਹੈਂਡਲਰ ਦੇ ਨਾਲ ਇਹਨਾਂ ਦਾ ਸੰਪਰਕ ਸੀ। ਉਹ ਅਫਗਾਨ ਦਾ ਜਿਹੜਾ ਹੈਂਡਲਰ ਹੈ ਉਸ ਤੋਂ ਇਹ ਨਸ਼ਾ ਲੈਂਦੇ ਸੀ ਅਤੇ ਅੱਗੇ ਉਹ ਨਸ਼ਾ ਵੇਚਦੇ ਸੀ। ਤਾਂ ਇੱਕ ਵੱਡੀ ਅਸੀਂ ਕਹਿ ਦਈਏ ਕਿ ਕਿਤੇ ਨਾ ਕਿਤੇ 1.5 ਕਿਲੋ ਹੈਰੋਇਨ ਦੀ ਜਿਹੜੀ ਖੇਪ ਵੀ ਅਸੀਂ ਕਹਿ ਸਕਦੇ ਹਾਂ ਕਿ ਫੜੀ ਗਈ ਹੈ। ਇੱਕ ਵੱਡੀ ਜਿਹੜੇ ਕਿ ਕੁਆਂਟਿਟੀ ਦੇ ਵਿੱਚ ਨਸ਼ਾ ਜਿਹੜਾ ਕਿ ਬਰਾਮਦ ਹੋਇਆ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਬਹੁਤ ਵੱਡਾ ਇੱਕ ਮਾਮਲਾ ਜਿਹੜਾ ਕਿ ਹਜੇ ਇਨਵੈਸਟੀਗੇਸ਼ਨ ਦੇ ਅੰਡਰ ਹੈ ਕਿ ਕਿਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਕਿ ਸਮਗਲ ਕਰ ਰਹੇ ਸੀ, ਅੱਗੇ ਹੋਰ ਕਿੱਥੇ ਕਿੱਥੇ ਇਹਨਾਂ ਨੇ ਨਸ਼ਾ ਸਪਲਾਈ ਕਰਨਾ ਸੀ। ਹਾਲਾਂਕਿ ਤਕਨੀਕ ਜਦੋਂ ਗੱਲ ਕੀਤੀ ਜਾਂਦੀ, ਤਕਨੀਕ ਜਿਹੜੀ ਕਿ ਆ ਉਹ ਜੈਕਟਾਂ ਦੇ ਥਰੂ, ਯਾਨੀ ਕਿ ਜਿਹੜੀਆਂ ਫਲੱਪੀ ਜੈਕਟਾਂ ਨੇ ਜਿਹੜੀਆਂ ਠੰਡ ਦੇ ਵਿੱਚ ਪਾਉਣ ਵਾਲੀਆਂ ਜੈਕਟਾਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਆ ਖੋਲ੍ਹ ਕੇ ਉਹਨਾਂ ਜੈਕਟਾਂ ਦੇ ਵਿੱਚ ਜਿਹੜੀ ਹੀਰੋਇਨ ਭਰਦੇ ਸੀ, ਬਾਅਦ ਵਿੱਚ ਉਹਨਾਂ ਜੈਕਟਾਂ ਨੂੰ ਸਿਉਂ ਲੈਂਦੇ ਸੀ। ਜਿਹੜੀ ਹੁਣ ਤੱਕ ਜਾਣਕਾਰੀ ਹਾਸਲ ਹੋਈ ਹੈ ਕਿ ਉਹਨਾਂ ਜੈਕਟਾਂ ਦੇ ਜ਼ਰੀਏ ਹੀ ਜਿਹੜਾ ਕਿ ਨਸ਼ਾ ਜਿਹੜਾ ਕਿ ਆ ਉਹ ਸਮਗਲ ਕੀਤਾ ਜਾ ਰਿਹਾ ਸੀ। ਹੀਰੋਇਨ ਜਿਹੜੀ ਕਿ ਉਹ ਤਸਕਰੀ ਉਸਦੀ ਕੀਤੀ ਜਾ ਰਹੀ ਸੀ ਅਤੇ ਅੰਤਰਰਾਸ਼ਟਰੀ ਲਿੰਕ ਜਿਹੜੇ ਕਿ ਇਹਦੇ ਨਾਲ ਜੁੜੇ ਜਾ ਰਹੇ ਨੇ। ਹਾਲਾਂਕਿ ਦੋ ਜਿਹੜੇ ਨਸ਼ਾ ਤਸਕਰ ਨੇ ਹੁਣ ਜਿਹੜਾ ਕਿ ਹਿਰਾਸਤ ਵਿੱਚ ਲੈ ਲੈਂਦੇ, ਦੋ ਹੋਰ ਨਾਮਜ਼ਦ ਕੀਤੇ ਗਏ ਨੇ ਅਤੇ ਪੁਲਿਸ ਦਾ ਕਹਿਣਾ ਕਿ ਇਨਵੈਸਟੀਗੇਸ਼ਨ ਜਿਹੜੀ ਕਿ ਲਗਾਤਾਰ ਜਾਰੀ ਹੈ ਅਤੇ ਉਸ ਇਨਵੈਸਟੀਗੇਸ਼ਨ ਦੇ ਨਾਲ ਹੀ ਜਿਹੜਾ ਕਿ ਆ ਅਗਲੀਆਂ ਕੜੀਆਂ ਨੇ ਉਹ ਖੰਗਾਲੀਆਂ ਜਾ ਰਹੀਆਂ ਨੇ ਅਤੇ ਉਹਨਾਂ ਨੂੰ ਜਿਹੜਾ ਕਿ ਅੱਗੇ ਅੰਤਰਰਾਸ਼ਟਰ ਦੇ ਨਾਲ ਅੰਤਰਰਾਸ਼ਟਰੀ ਜਿਹੜੇ ਨਸ਼ਾ ਤਸਕਰੀ ਨਾਲ ਕਿਵੇਂ ਲਿੰਕ ਜੁੜਦੇ ਨੇ, ਕਿਵੇਂ ਅਫਗਾਨ ਦੇ ਉਸ ਹੈਂਡਲਰ ਦੇ ਨਾਲ ਸੰਪਰਕ ਕਰਦੇ ਸੀ, ਕਿਸ ਤਰੀਕੇ ਦੇ ਨਾਲ ਛੇਲ ਪਰਚੇ ਕਰਦੇ ਸੀ ਅਤੇ ਕਿੱਥੇ ਕਿੱਥੇ ਨਸ਼ਾ ਜਾਂਦਾ ਸੀ ਉਹ ਸਾਰਾ ਕੁਝ ਜਾਂਚ ਪੜਤਾਲ ਤੋਂ ਬਾਅਦ ਹੀ ਸਪਸ਼ਟ ਹੋਵੇਗਾ। ਮੈਂ ਸਰਕਾਰ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਮੋਹਾਲੀ।